ਪਾਰਾ ਆਮ ਦੇ ਨਾਲੋਂ 2 ਡਿਗਰੀ ਹੇਠਾਂ ਡਿੱਗਿਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੂਬੇ ਦੇ ਵਿੱਚ ਦਿਨ ਦਾ ਤਾਪਮਾਨ ਵੀ ਆਮ ਦੇ ਨਾਲੋਂ 7.4 ਡਿਗਰੀ ਹੇਠਾਂ ਹੈ ਔਰ ਰੈੱਡ ਅਲਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਸੀਤ ਲਹਿਰ ਦੇ ਨਾਲ ਨਾਲ ਸੰਘਣੀ ਤੋਂ ਵੀ ਸੰਘਣੀ ਧੁੰਦ ਪੈ ਰਹੀ ਹੈ, ਉਸਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਅੱਜ ਧੁੰਦ ਤੋਂ ਥੋੜ੍ਹੀ ਨਿਜਾਤ ਨਜ਼ਰ ਆ ਰਹੀ ਹੈ, ਪਰ ਜ਼ਿਲ੍ਹਿਆਂ ਦਾ ਵੀ ਅਸੀਂ ਕਹਿ ਸਕਦੇ ਹਾਂ ਕਿ ਫਰਕ ਹੈ, ਵੱਖੋ ਵੱਖ ਜ਼ਿਲ੍ਹਿਆਂ ਦੀ ਵੱਖੋ ਵੱਖ ਰਿਪੋਰਟ ਹੈ ਤਾਂ ਠੰਡੇ ਦਿਨ ਦੇ ਹਾਲਾਤ ਵੀ ਜਿਹੜੇ ਨੇ ਇਸੇ ਤਰੀਕੇ ਨਾਲ ਬਣੇ ਰਹਿਣਗੇ। ਲਿਹਾਜ਼ਾ IMD ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ ਤਾਂ ਲੋਕ ਠੰਡ ਤੋਂ ਬਚਣ ਦੇ ਵੱਖੋ ਵੱਖ ਉਪਾਅ ਕਰ ਰਹੇ ਨੇ। ਧੂਣੀਆਂ ਬਾਲ ਕੇ ਸੇਕਿਆ ਜਾ ਰਿਹਾ ਔਰ ਖਾਸ ਤੌਰ ਤੇ ਅੱਜ ਲੋਹੜੀ ਦਾ ਤਿਉਹਾਰ ਵੀ ਹੈ ਤਾਂ ਅੱਜ ਸਾਰੇ ਘਰਾਂ ਦੇ ਵਿੱਚ ਸ਼ਾਮ ਨੂੰ ਲੋਹੜੀ ਬਲੇਗੀ। ਤਾਂ ਕਿਸ ਤਰੀਕੇ ਦੇ ਨਾਲ ਅੱਜ ਦਾ ਮੌਸਮ ਹੈ ਔਰ ਕੀ ਕੁਝ ਇਸ ਵੇਲੇ ਦੀ ਰਿਪੋਰਟ ਕਹਿ ਰਹੀ ਹੈ, ਸਿੱਧਾ ਫਜ਼ਿਲਕਾ ਦਾ ਰੁਖ ਕਰਾਂਗੇ। ਪ੍ਰਦੀਪ ਸਾਡੇ ਨਾਲ ਮੌਜੂਦ ਨੇ ਔਰ ਉਮੇਸ਼ ਸ਼ਰਮਾ ਵੀ ਮੇਰੇ ਸਹਿਯੋਗੀ ਮੌਜੂਦ ਨੇ ਸਾਡੇ ਨਾਲ ਲਾਈਵ। ਪ੍ਰਦੀਪ, ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜਾ ਲੋਹੜੀ ਦਾ ਤਿਉਹਾਰ ਹੈ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ, ਪਰ ਅਸੀਂ ਠੰਡ ਦਾ ਜ਼ਿਕਰ ਕਰ ਰਹੇ ਹਾਂ ਔਰ ਠੰਡ ਦੇ ਵਿੱਚ ਸਭ ਤੋਂ ਵੱਡਾ ਉਪਾਅ ਇੱਕੋ ਹੀ ਕੀਤਾ ਜਾਂਦਾ ਕਿ ਧੂਣੀ ਬਾਲ ਕੇ ਸੇਕੀ ਜਾਂਦੀ ਹੈ। ਤਾਂ ਕਿਸ ਤਰੀਕੇ ਦੀ ਰਿਪੋਰਟ ਹੈ ਧੁੰਦ ਨੂੰ ਲੈ ਕੇ ਔਰ ਠੰਡ ਨੂੰ ਲੈ ਕੇ? ਬਿਲਕੁਲ ਗੁਰਜੋਤ, ਜੇ ਫਾਜ਼ਿਲਕਾ ਸਰਹੱਦੀ ਇਲਾਕੇ ਦੀ ਜੇ ਗੱਲ ਕਰ ਲਈਏ ਤਾਂ ਟੈਂਪਰੇਚਰ ਜਿਹੜਾ ਹੈ 10 ਡਿਗਰੀ ਤੋਂ ਥੱਲੇ ਹੇਠਾਂ ਦਰਜ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪਿਛਲੇ 15 ਦਿਨਾਂ ਤੋਂ ਇਸ ਇਲਾਕੇ ਦੇ ਅੰਦਰ ਸੂਰਜ ਦਿਖਾਈ ਨਹੀਂ ਦਿੱਤਾ। ਇੱਕਾ ਦੁੱਕਾ ਦਿਨਾਂ ਨੂੰ ਛੱਡ ਕੇ ਜਿਹੜਾ ਇਸ ਇਲਾਕੇ ਦੇ ਅੰਦਰ ਸੂਰਜ ਨਹੀਂ, ਹਲਕੀ ਧੁੱਪ ਜਿਹੜੀ ਨਜ਼ਰ ਆਈ ਸੀਗੀ, ਉਸ ਤੋਂ ਬਾਅਦ ਜਿਹੜੀ ਇਹ 15 ਦਿਨਾਂ ਤੋਂ ਇਸ ਇਲਾਕੇ ਦੇ ਅੰਦਰ ਸੂਰਜ ਦਿਖਾਈ ਨਹੀਂ ਦਿੱਤਾ। ਜੇ ਅੱਜ ਦੀਆਂ ਤਸਵੀਰਾਂ ਦੀ ਜੇ ਗੱਲ ਕਰ ਲਈਏ ਤਾਂ ਅੱਜ ਸੰਘਣੀ ਧੁੰਦ ਜਿਹੜੀ ਇਲਾਕੇ ਦੇ ਅੰਦਰ ਦੇਖਣ ਨੂੰ ਮਿਲ ਰਹੀ ਹੈ। ਵਾਹਨ ਚਾਲਕਾਂ ਨੂੰ ਜਿਹੜੀਆਂ ਲਾਈਟਾਂ ਜਗਾ ਕੇ ਜਿਹੜਾ ਸੜਕ 'ਤੇ ਆਉਣਾ ਜਾਣਾ ਪੈ ਰਿਹਾ ਹੈ। ਅਸੀਂ ਖੜੋਤੇ ਹਾਂ ਇਸ ਵੇਲੇ ਨੈਸ਼ਨਲ ਹਾਈਵੇ 'ਤੇ ਜੋ ਪੰਜਾਬ ਨੂੰ ਰਾਜਸਥਾਨ ਅਤੇ ਗੁਜਰਾਤ ਦੇ ਨਾਲ ਜੋੜਦਾ ਹੈ। ਇਹ 10 ਨੰਬਰ ਨੈਸ਼ਨਲ ਹਾਈਵੇ ਹੈ ਜਿੱਥੋਂ ਦੀਆਂ ਇਹ ਤਸਵੀਰਾਂ ਨੇ, ਜਿੱਥੇ ਦੇਖ ਸਕਦੇ ਹੋ ਕਿ ਸੰਘਣੀ ਧੁੰਦ ਜਿਹੜੀ ਵੇਖਣ ਨੂੰ ਮਿਲ ਰਹੀ ਹੈ। ਕੁਛ ਦਿਨਾਂ ਤੋਂ ਜਿਹੜੀ ਇਹ ਇਲਾਕੇ ਦੇ ਅੰਦਰ ਜਿਹੜੀ ਇਹ ਧੁੰਦ ਦਿਖਾਈ ਨਹੀਂ ਦੇ ਰਹੀ ਸੀ, ਪਰ ਇੱਕ ਵਾਰ ਫਿਰ ਤੋਂ ਜਿਹੜੀ ਇਹ ਇਸ ਇਲਾਕੇ ਦੇ ਅੰਦਰ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਜੇ ਇਸ ਕੜਾਕੇ ਦੀ ਹੱਡ ਚੀਰਵੀਂ ਠੰਡ ਦੀ ਇਹ ਗੱਲ ਕਰ ਲਈਏ ਤਾਂ ਇਸ ਠੰਡ ਤੋਂ ਬਚਣ ਦੇ ਲਈ ਲੋਕ ਜਿਹੜਾ ਨੇ ਵੱਖੋ ਵੱਖੀ ਜਿਹੜੇ ਤਰੀਕੇ ਇਸਤੇਮਾਲ ਕਰ ਰਹੇ ਨੇ, ਚਾਹੇ ਉਹ ਹੀਟਰ ਦੀ ਗੱਲ ਕਰ ਲਈਏ ਜਾਂ ਉਸਦੀ ਅੱਗ ਬਾਲ ਕੇ ਧੂਣੀ ਦੀ ਗੱਲ ਕਰ ਲਈਏ। ਵਾਹਨ ਚਾਲਕਾਂ ਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਈਟਾਂ ਜਗਾ ਕੇ ਜਿਹੜਾ ਹਾਈਵੇ 'ਤੇ ਜਾ ਰਹੇ ਨੇ, ਅਤੇ ਦੂਜੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਸ ਇਲਾਕੇ ਦੇ ਅੰਦਰ ਜਿਹੜੀ ਹੱਡ ਚੀਰਵੀਂ ਠੰਡ ਤੋਂ ਬਚਣ ਦੇ ਲਈ ਜਿਹੜੀ ਰੋਜ਼ਮਰਰਾ ਅਤੇ ਕੰਮਾਂ ਦੇ ਜਾਣ ਦੇ ਲਈ ਜਿਹੜੇ ਲੋਕ ਨਿਕਲਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੀ ਅੱਗ ਸੇਕਦੇ ਨੇ, ਅਤੇ ਤਾਂ ਜੋ ਅਗਲੀਆਂ ਜਿਹੜੀ ਇਹ ਆਪਣੇ ਰੋਜ਼ਮਰਰਾ ਦੇ ਕੰਮਾਂ ਦੇ ਲਈ ਜਾਂਦੇ ਨੇ। ਇਸ ਇਲਾਕੇ ਦੀ ਜੇ ਗੱਲ ਕਰ ਲਈਏ ਤਾਂ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ। ਦੁਕਾਨਦਾਰਾਂ ਦੀ ਜਿਹੜੀ ਦੁਕਾਨਦਾਰੀ ਜਿਹੜੀ ਘੱਟ ਹੋ ਗਈ ਹੈ, ਗੱਲਬਾਤ ਵੀ ਕਰਦੇ ਆ। ਭਾਜੀ ਕੀ ਨਾਂ ਹੈ ਜੀ ਆਪਣਾ? ਸ਼ਾਨ ਸਿੰਘ। ਕਿੱਥੇ ਜਾਣਾ ਜੀ ਅੱਗ ਸੇਕਣ? ਇੱਥੇ ਇੱਕ ਮੈਂ ਆਇਆ ਜਲਾਲਾਬਾਦ ਤੋਂ, ਇੱਥੇ ਸਮਾਨ ਲੈਣ ਆਇਆ, ਅਤੇ ਜਿਵੇਂ ਕਹਿੰਦੇ ਵੀ ਸਮਾਨ ਮੇਰਾ ਬੱਸ 'ਚ ਆ ਰਿਹਾ, ਅਤੇ ਠੰਡ ਜ਼ਿਆਦਾ ਸੀ, ਠੰਡ ਕਾਰਨ ਕਰਕੇ ਮੈਂ ਅੱਗ ਸੇਕਣ ਲੱਗ ਪਿਆ। ਤੁਸੀਂ ਆਦੀ ਜ਼ਿੰਦਗੀ ਦੇ ਅੰਦਰ ਕਿੰਨੀ ਠੰਡ ਦੇਖੀ ਹੈ? ਇਸ ਤੋਂ ਪਹਿਲਾਂ ਜ਼ਿਆਦਾ ਪੈਂਦੀ ਸੀਗੀ ਜਾਂ ਹੁਣ? ਹੁਣ ਜ਼ਿਆਦਾ ਪੈਂਦੀ, ਪਹਿਲੇ ਜਿਵੇਂ ਕਹਿੰਦੇ ਵੀ ਇੰਨੀ ਨਹੀਂ ਸੀ ਪਈ, ਅੱਜ 15 ਦਿਨ ਤਾਂ ਹੋ ਗਿਆ ਜਿਵੇਂ ਕਹਿੰਦੇ ਠੰਡ ਪੈਂਦੀ ਨੂੰ, ਸੂਰਜ ਹੀ ਨਹੀਂ ਵੇਖਿਆ ਇੱਥੇ। ਤਾਂ ਤੂੰ ਆ ਰਹੇ ਫਿਰ ਕਿਸ ਤਰ੍ਹਾਂ ਠੰਡ ਦੇ ਵਿੱਚ? ਹਾਂਜੀ ਹਾਂਜੀ, ਲੋਹੜੀ ਤਾਂ ਜਿਵੇਂ ਕਹਿੰਦੇ ਵੀ ਹੁਣ ਸੇਕਣੀ ਪੈਣੀ, ਜਿਵੇਂ ਕਹਿੰਦੇ ਠੰਡ ਬਹੁਤ ਜ਼ਿਆਦਾ ਜੀ, ਤਿਆਰ
ਤੇ ਮਨਾਣਾ ਹੀ ਪੈਣਾ ਭਾਵੇਂ ਠੰਡ ਤੇ ਭਾਵੇਂ ਜੀ ਉੱਚੋ ਜ਼ਿਆਦਾ ਹੀ ਠੰਡ ਹੈ ਜੀ। ਕੀ ਨਾਮ ਭਾਜੀ ਆਪਣਾ? ਰਾਮ ਸਿੰਘ ਹੈ ਜੀ। ਅੱਛਾ ਕਿੱਥੋਂ ਆਏ? ਮੈਂ ਲੋਕਲੀ ਸੀ। ਅੱਛਾ ਜੀ, ਮੈਂ ਲੱਸੀ ਨਾਈਟ ਡਿਊਟੀ ਹੈ, ਰਾਤ ਦੀ ਡਿਊਟੀ। ਨਾਈਟ ਡਿਊਟੀ ਜੀ ਸਰ, ਰਾਤ ਦਾ ਤਾਪਮਾਨ ਜਿਹੜਾ ਸੀ 4 ਡਿਗਰੀ ਸੀ, ਠੀਕ ਹੈ। ਇਸ ਟਾਈਮ ਠੰਡ ਬਹੁਤ ਜ਼ਿਆਦਾ ਗਈ, ਜੀਵਨ ਨੂੰ ਬਹੁਤ ਇਹਨਾਂ ਨੇ ਪ੍ਰਭਾਵਿਤ ਕੀਤਾ ਹੈ ਠੰਡ ਨੇ ਬਹੁਤ ਜ਼ਿਆਦਾ ਜੀ। ਹਾਂਜੀ ਸਰ, ਸਰ ਠੰਡ ਬਹੁਤ ਜ਼ਿਆਦਾ, ਠੰਡ ਵਿੱਚ ਤਾਂ ਬਹੁਤ ਔਖਾ ਜ਼ਿਆਦਾ ਜੀ, ਬਹੁਤ ਜ਼ਿਆਦਾ। ਜਿੰਨੇ ਆਮ ਜਿਹੜੇ ਮੰਨ ਲਓ ਕਿ ਜਿਵੇਂ ਬੱਚੇ ਟਿਊਸ਼ਨ ਜਾਂਦੇ ਨੇ, ਬਹੁਤ ਜ਼ਿਆਦਾ ਹਾਨੀਕਾਰਕ ਠੰਡ ਸਰ। ਜੋ ਨਾਈਟ ਡਿਊਟੀਆਂ ਕਰਦੇ ਨੇ, ਜਿਵੇਂ ਨਾਈਟ ਡਿਊਟੀ ਕਰਕੇ ਸਰ ਠੰਡ ਬਹੁਤ ਜ਼ਿਆਦਾ ਆ, ਹੱਡ ਚੀਰ ਵੀ ਠੰਡ ਸਰ। ਹਾਂਜੀ ਹਾਂਜੀ ਸਰ, ਫਾਇਦਾ ਕਣਕ ਨੂੰ ਫਾਇਦਾ ਸਰ ਜ਼ਿਆਦਾ, ਕਣਕ ਨੂੰ ਬਹੁਤ ਜ਼ਿਆਦਾ ਫਾਇਦਾ, ਪੈਦਾਵਾਰ ਬਹੁਤ ਅੱਛੀ ਹੋਏਗੀ ਸਰ। ਠੀਕ ਹੈ ਜੀ, ਕਿੰਨੂ ਵਾਸਤੇ ਅੱਛੀ ਹੈ ਜੀ, ਬਾਕੀ ਜੋ ਜਿਵੇਂ ਹਰਾ ਚਾਰਾ ਪਸ਼ੂਆਂ ਵਾਸਤੇ, ਉਹਨਾਂ ਵਾਸਤੇ ਥੋੜ੍ਹਾ ਜਿਹਾ ਮੰਨ ਲਓ ਕਿ ਉਹਨਾਂ ਨੂੰ ਸੁੱਕਾ ਵਗੈਰਾ ਹੀ ਪਾਈ ਮਾੜਾ ਜਿਹਾ। ਠੀਕ ਹੈ, ਬਿਲਕੁਲ ਪ੍ਰਦੀਪ, ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਕਿਸ ਤਰੀਕੇ ਦੇ ਨਾਲ ਧੂਣੀ ਬਾਲ ਕੇ ਅੱਗ ਸੇਕ ਕੇ ਥੋੜ੍ਹਾ ਨਿਜਾਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਨਾਈਟ ਡਿਊਟੀ ਕਰਦਾ ਹੈ ਤਾਂ ਵੱਖੋ ਵੱਖ ਸਾਰਿਆਂ ਦੀਆਂ ਸਮੱਸਿਆਵਾਂ, ਜਾਂ ਕਹਿ ਲਈਏ ਕਿ ਮਜਬੂਰੀਆਂ ਨੇ ਕਿ ਘਰੋਂ ਬਾਹਰ ਨਿਕਲਣਾ ਪੈਂਦਾ ਹੈ, ਤਾਂ ਠੰਡ ਲਗਾਤਾਰ ਵੱਧ ਵੀ ਰਹੀ ਹੈ। ਉਮੇਸ਼ ਸ਼ਰਮਾ ਦਾ ਰੁਖ ਕਰਦੇ ਹਾਂ, ਮੇਰੇ ਸਹਿਯੋਗੀ ਲਾਈਵ ਮੌਜੂਦ ਨੇ। ਉਮੇਸ਼, ਫਾਜ਼ਿਲਕਾ ਦੇ ਵਿੱਚ ਧੁੰਦ ਪੈ ਰਹੀ ਹੈ, ਪਰ ਚੰਡੀਗੜ੍ਹ ਔਰ ਬਾਕੀ ਦੇ ਪੰਜਾਬ ਦੇ ਅਸੀਂ ਗੱਲ ਕਰੀਏ, ਵੱਖ ਵੱਖ ਜ਼ਿਲ੍ਹਿਆਂ ਤੋਂ ਵੱਖ ਵੱਖ ਰਿਪੋਰਟ ਹੈ। ਚੰਡੀਗੜ੍ਹ ਦਾ ਕੀ ਹਾਲ ਹੈ, ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ, ਔਰ ਖਾਸ ਤੌਰ ਤੇ ਜੇਕਰ ਧੁੰਦ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕੀ ਰਿਪੋਰਟ ਹੈ? ਦੇਖੋ, ਮੈਂ ਸੁਖਨਾ ਲੇਕ 'ਤੇ ਮੌਜੂਦ ਹਾਂ, ਔਰ ਸੁਖਨਾ ਲੇਕ ਇੱਕ ਵਰਲਡ ਫੇਮਸ ਥਾਂ ਹੈ ਜਿੱਥੇ ਦੇਸ਼ ਤੋਂ ਨਹੀਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਨੇ। ਜੇ ਮੈਂ ਇੱਕ ਤਸਵੀਰ ਪਹਿਲਾਂ ਤੁਹਾਨੂੰ ਦਿਖਾਵਾਂਗਾ ਕਿ ਧੁੰਦ ਦੀ, ਦੇਖੋ ਪਾਣੀ ਦੀ ਜਗ੍ਹਾ ਹੈ, ਇੱਕ ਲੇਕ ਹੈ ਵੱਡੀ, ਅਤੇ ਜੇ ਥੋੜ੍ਹਾ ਜਿਹਾ ਦੂਰ ਆਪਾਂ ਵਿਜ਼ੂਅਲ ਦਿਖਾਈਏ, ਜ਼ੂਮ ਕਰਕੇ ਦਿਖਾਈਏ, ਤਾਂ ਤੁਹਾਨੂੰ ਧੁੰਦ ਬਿਲਕੁਲ ਨਜ਼ਰ ਆਏਗੀ ਆਏਗੀ। ਜੇ ਤੁਹਾਨੂੰ ਦੇਖ ਰਿਹਾ ਹੋਵੇ ਤੁਸੀਂ ਤਸਵੀਰ 'ਚ ਦੇਖੋ ਕਿ ਉਹ ਇਹ ਕਾਰਨਰ ਜਿਹੜਾ ਹੈਗਾ ਸ਼ੁਰੂ ਹੁੰਦਾ ਜਿੱਥੋਂ ਸੈਰ ਦਾ ਪੂਰਾ ਇਲਾਕਾ। ਔਰ ਇੱਕ ਗੱਲ ਹੋਰ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਰੂਟੀਨ ਹੈ ਜਿਹੜੀ ਕਿ ਜ਼ਿੰਦਗੀ ਹੈ, ਭਾਵੇਂ ਧੁੰਦ ਹੈ ਸਰਦੀ ਹੈ, ਜ਼ਿੰਦਗੀ ਜਿਹੜੀ ਉਹ ਚੱਲਦੀ ਰਹਿੰਦੀ ਹੈ। ਉਹ ਸਾੜੀ ਤੇ ਰਾਮ ਮੰਦਿਰ ਦੇ ਲਈ ਸੰਘਰਸ਼, ਇੱਥੇ ਲੋਕੀ ਆਪਣਾ ਰੂਟੀਨ ਹੈ, ਜਿਹਨਾਂ ਨੂੰ 25-25-30-30 ਸਾਲ ਹੋ ਗਏ ਜਿਹੜੇ ਆਸ ਪਾਸ ਰਹਿੰਦੇ ਨੇ, ਜਾਂ ਸੁਖਨਾ 'ਚ ਸੈਰ ਕਰਨ ਉਹਨਾਂ ਦਾ ਇੱਕ ਦਿਨਚਰਿਆ ਹੈ, ਸੋ ਸਟਾਰਟ ਸੁਖਨਾ ਤੋਂ ਕਰਦੇ ਨੇ। ਉਹ ਵੀ ਤੁਹਾਨੂੰ ਤਸਵੀਰਾਂ ਇੱਥੇ ਦੇਖਣ ਨੂੰ ਮਿਲਣਗੀਆਂ ਕਿ ਲੋਕੀ ਜਿਹੜੇ ਨੇ ਬਕਾਇਦਾ ਸੈਰ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ। ਜੇ ਤੁਸੀਂ ਉੱਧਰ ਵਿਜ਼ੂਅਲ ਦੇਖੋ ਤਾਂ ਲੋਕੀ ਤੁਹਾਨੂੰ ਸੈਰ ਕਰਦੇ ਨਜ਼ਰ ਆਉਣਗੇ, ਔਰ ਇੱਕ ਰੂਟੀਨ ਹੈ, ਇਹ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਜਿੱਥੇ ਤੱਕ ਠੰਡ ਦੀ ਗੱਲ ਹੈ, ਸਭ ਨੂੰ ਪਤਾ ਹੈ ਕਿ ਰੈੱਡ ਅਲਰਟ ਜਿਹੜਾ ਹੈ ਮੌਸਮ ਨੂੰ ਲੈ ਕੇ ਜਾਰੀ ਕੀਤਾ ਹੋਇਆ। ਔਰ ਛੁੱਟੀਆਂ ਦੀ ਵੀ ਗੱਲ ਕਰੀਏ ਤਾਂ ਹੋ ਸਕਦਾ ਸ਼ਾਇਦ ਚੰਡੀਗੜ੍ਹ ਪ੍ਰਸ਼ਾਸਨ ਠੰਡ ਨੂੰ ਦੇਖਦੇ ਹੋਏ ਜਾਂ ਇਸ ਕੜਾਕੇ ਦੀ ਸਰਦੀ ਨੂੰ, ਸੀਤ ਲਹਿਰ ਨੂੰ ਦੇਖਦੇ ਹੋਏ ਛੁੱਟੀਆਂ ਅੱਗੇ ਵਧਾ ਸਕਦਾ ਹੈ। ਇਹ ਵੀ ਇੱਕ ਗੱਲ ਚੱਲ ਰਹੀ ਹੈ, ਹਾਲਾਂਕਿ ਹਲੇ ਆਰਡਰ ਆਇਆ ਨਹੀਂ ਹੈ, ਲੇਕਿਨ ਨਜ਼ਰ ਰੱਖੇ ਹੋਇਆ ਕਿਉਂਕਿ ਮੌਸਮ ਵਿਭਾਗ ਦੇ ਜਿਹੜਾ ਰੈੱਡ ਅਲਰਟ ਹੈ, ਮੌਸਮ ਵਿਭਾਗ ਜਿਹੜੀ ਵੀ ਜਾਣਕਾਰੀ ਸ਼ੇਅਰ ਕਰਦਾ ਉਸ ਦੇ ਮੁਤਾਬਿਕ ਛੁੱਟੀਆਂ ਜਿਹੜੀ ਹੈਗੀਆਂ ਸ਼ਾਇਦ ਚੰਡੀਗੜ੍ਹ ਜਿਹੜੀ ਪ੍ਰਸ਼ਾਸਨ ਹੈ ਉਹ ਅੱਗੇ ਵਧਾ ਸਕਦਾ ਹੈ। ਲੇਕਿਨ ਸੁਖਨਾ ਦੀ ਆਪਾਂ ਗੱਲ ਕਰੀਏ ਜੇ, ਤੁਹਾਨੂੰ ਸੈਰ ਕਰਦੇ ਹੋਏ ਲੋਕੀ ਨਜ਼ਰ ਆਉਣਗੇ, ਐਕਸਰਸਾਈਜ਼ ਕਰਦੇ ਲੋਕੀ ਨਜ਼ਰ ਆਉਣਗੇ। ਅਸੀਂ ਕਈ ਲੋਕੀ ਇੱਥੇ ਦੇਖੇ ਰੋਇੰਗ ਦੇ, ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ 2 ਰੋਅਰ ਜਿਹੜੇ ਹੈਗੇ ਨੇ ਉਹ ਪ੍ਰੈਕਟਿਸ ਕਰ ਰਹੇ ਨੇ ਸਵੇਰੇ, ਤਾਂ ਜ਼ਿੰਦਗੀ ਜ਼ਰੂਰ ਚੱਲੇਗੀ। ਦੂਜਾ ਪਾਸਾ ਮੈਂ ਇੱਕ ਹੋਰ ਦਿਖਾ ਦਾਂ ਕਿ ਬਿਲਕੁਲ ਜੇ ਤੁਸੀਂ ਸੜਕ ਦਾ ਹਿੱਸਾ ਦੇਖੋ, ਬਿਲਕੁਲ ਸੁਖਨਾ ਦੇ ਨਾਲ ਸੜਕ, ਤਾਂ ਤੁਹਾਨੂੰ ਧੁੰਦ ਨਜ਼ਰ ਨਹੀਂ ਆਏਗੀ। ਜਿਹੜੀ ਧੁੰਦ ਤੋਂ ਰਾਹਤ ਦੀ ਗੱਲ ਕਰ ਰਹੇ ਸੀ, ਬਾਕੀ ਧੁੰਦ ਓਨੀ ਨਹੀਂ ਹੈ, ਨਜ਼ਰ ਆਏਗੀ, ਵਿਜੀਬਿਲਟੀ ਬਿਲਕੁਲ ਕਲੀਅਰ ਹੈ ਇੱਥੇ। ਔਰ ਲੇਕਿਨ ਲੇਕ ਜੀ ਗੱਲ ਕਰੀਏ, ਉੱਥੇ ਤੁਹਾਨੂੰ ਧੁੰਦ ਨਜ਼ਰ ਆਏਗੀ, ਔਰ ਕੜਾਕੇ ਦੀ ਸਰਦੀ ਹੈ, ਸ਼ੀਤ ਲਹਿਰ ਹੈ। ਲੋਕੀ ਲੇਕਿਨ ਆਪਣੀ ਰੂਟੀਨ ਦੀ ਲਾਈਫ, ਆਪਣਾ ਸੈਰ ਹੈ ਜਿਹੜੀ, ਆਪਣੀ ਐਕਸਰਸਾਈਜ਼ ਹੈ, ਉਹ ਕਰ ਰਹੇ ਨੇ। ਹਾਲਾਂਕਿ ਇਹ ਵੀ ਦੱਸਿਆ ਜਾਂਦਾ ਕਿ ਸੈਰ ਜ਼ਿਆਦਾ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਕਾਫੀ ਪ੍ਰੋਬਲਮ ਵੀ ਹੈਗੀ ਹੈ ਠੰਡ ਨੂੰ ਲੈ ਕੇ। ਤਾਂ ਇਹ ਤੁਸੀਂ ਤਸਵੀਰ ਇੱਕ ਹੋਰ ਦੇਖੋ ਕਿ ਸੁਖਨਾ 'ਚ ਲੋਕੀ ਰਨਿੰਗ ਸੈਰ ਕਰਦੇ ਤੁਹਾਨੂੰ ਨਜ਼ਰ ਜ਼ਰੂਰ ਆਉਣਗੇ, ਕਿਉਂਕਿ ਜਿਹੜੀ ਉਹਨਾਂ ਦੀ ਰੂਟੀਨ ਹੈ, ਲਾਈਫ ਹੈ, ਉਹ ਇੱਥੇ ਇੱਕ ਸ਼ੁਰੂਆਤ
ਕਈ ਲੋਕੀ ਦਿਨ ਦੀ ਜਿਹੜੀ ਸ਼ੁਰੂਆਤ ਐਕਸਰਸਾਈਜ਼ ਦੀ ਉਹ ਸੁਖਨਾ ਤੋਂ ਕਰਦੇ ਨੇ, ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਐਕਸਰਸਾਈਜ਼ ਕਰਕੇ ਲੰਬਾ ਚੱਕਰ ਸੁਖਨਾ ਦਾ, ਕਿਉਂਕਿ ਦੇਖੋ 8 ਤੋਂ 10 ਕਿਲੋਮੀਟਰ ਦਾ ਜਿਹੜਾ ਏਰੀਆ ਸੁਖਨਾ ਦਾ, ਉਹ ਲੋਕੀ ਇੱਥੇ ਆਉਂਦੇ ਨੇ, ਭਾਵੇਂ ਬਜ਼ੁਰਗ ਹੋਣ, ਬੱਚੇ ਹੋਣ, ਜਵਾਨ ਹੋਣ, ਪਲੇਅਰਸ ਹੋਣ, ਖਾਸ ਕਰ ਜੇ ਆਪਾਂ ਗੱਲ ਕਰੀਏ, ਕਿਉਂਕਿ ਇਹ ਸ਼ਹਿਰ ਉਹ ਹੈ ਜਿੱਥੇ ਸਾਈਕਲਿੰਗ ਦਾ ਸ਼ੌਕ ਹੈ ਲੋਕਾਂ ਨੂੰ, ਸੈਰ ਦਾ ਬਹੁਤ ਸ਼ੌਕ ਹੈ, ਪਾਰਕ ਐਕਸਰਸਾਈਜ਼ ਨਾਲ ਭਰੇ ਰਹਿੰਦੇ ਸੀ, ਲੇਕਿਨ ਠੰਡ ਕਰਕੇ ਥੋੜ੍ਹਾ ਨਾ ਫਰਕ ਤਾਂ ਕਾਫੀ ਪਿਆ, ਪਰ ਰੂਟੀਨ ਦੀ ਜਿਹੜੀ ਲਾਈਫ ਹੈ ਉਹ ਇੱਥੇ ਤੁਹਾਨੂੰ ਨਜ਼ਰ ਆਏਗੀ। ਜੀ ਜੀ ਬਿਲਕੁਲ ਉਮੇਸ਼, ਬਹੁਤ ਹੀ ਕੜਾਕੇ ਦੀ ਠੰਡ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਤਮਾਮ ਤਸਵੀਰਾਂ ਦਿਖਾਉਣ ਦੇ ਲਈ, ਔਰ ਫਾਜ਼ਿਲਕਾ ਤੋਂ ਸਾਡੇ ਨਾਲ ਪ੍ਰਦੀਪ ਜੁੜੇ, ਉਹਨਾਂ ਦਾ ਵੀ ਧੰਨਵਾਦ ਹੈ। ਤਾਂ ਬਚਣ ਦੀ ਸਲਾਹ ਦੇ ਰਹੇ ਨੇ ਡਾਕਟਰਸ, ਔਰ ਕਹਿ ਰਹੇ ਨੇ ਕਿ ਘਰ ਤੋਂ ਬਾਹਰ ਤਾਂ ਹੀ ਨਿਕਲੋ ਜੇਕਰ ਬਹੁਤ ਜ਼ਰੂਰੀ ਹੈ, ਸੈਰ ਨੂੰ ਵੀ ਅਵੋਇਡ ਕੀਤਾ ਜਾ ਸਕਦਾ ਜਦੋਂ ਤੱਕ ਇਹ ਸੀਤ ਲਹਿਰ ਚੱਲ ਰਹੀ ਹੈ, ਕਿਉਂਕਿ ਇਸ ਦੇ ਨਾਲ ਦਿਲ ਦੇ ਸੰਬੰਧਿਤ ਔਰ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹ ਤੁਹਾਨੂੰ ਘੇਰ ਸਕਦੀਆਂ ਨੇ। ਤਾਂ ਇਸ ਕਰਕੇ ਬਚਾਅ ਦੀ ਬੇਹੱਦ ਲੋੜ।